ਸਪਰੇ ਕਰਨ ਲੱਗੇ ਹਾਂ ਐਂਪਲੀਗੋ ਅਤੇ ਐਮਿਸਟਾ ਟੋਪ ਸਜੈਂਟਾ ਕੰਪਨੀ ਦੀ ਆ। ਬਹੁਤ ਹੀ ਮਹਿੰਗੀਆਂ ਦਵਾਈਆਂ ਹਨ ਅਤੇ ਜਿਨ੍ਹਾਂ ਦਾ ਰਿਜ਼ਲਟ ਵੀ ਤਕਰੀਬਨ ਬਹੁਤ ਵਧੀਆ ਹਨ, ਜਿਵੇਂ ਕਿ ਕੋਰਾ ਜਾਂ ਨਫੇਮ ਇਹਨਾਂ ਵਰਗਾ ਹੀ ਹੈ। ਐਮਿਸਟਾ ਟੋਪ ਦਾ ਤਾਂ ਤਕਰੀਬਨ ਸਭ ਨੂੰ ਪਤਾ ਹੈ, ਐਂਪਲੀਗੋ ਵੀ ਇੱਕ ਬਹੁਤ ਵਧੀਆ ਸੋਲਟ ਹੈ ਜੋ ਕਿ ਸਜੈਂਟਾ ਹੀ ਕੰਪਨੀ ਦਾ ਹੈ। ਪਰ ਇਹਨਾਂ ਤੋਂ ਲੈਣ ਤੋਂ ਪਹਿਲਾਂ ਇੱਕ ਗੱਲ ਦਾ ਗੌਰ ਜ਼ਰੂਰ ਰੱਖਿਓ, ਇੰਨੀ ਮਹਿੰਗੀ ਦਵਾ ਹਮੇਸ਼ਾ ਹੀ ਆਪਣੇ ਭਰੋਸੇਯੋਗ ਦੁਕਾਨਦਾਰ ਤੋਂ ਲੈਣੀ ਚਾਹੀਦੀ ਹੈ, ਕਿਉਂਕਿ ਨਕਲੀ ਮਾਲ ਵੀ ਉਹਨਾਂ ਦਾ ਹੀ ਬਣਦਾ ਹੈ ਜਿਹੜੀਆਂ ਸਭ ਤੋਂ ਜ਼ਿਆਦਾ ਵਿਕਦੀਆਂ ਹਨ। ਇਸ ਕਰਕੇ ਆਪਣੇ ਯਕੀਨ ਵਾਲੇ ਤੋਂ ਜਾਂ ਬਿੱਲ 'ਤੇ ਹੀ ਦਵਾ ਲਿਓ। ਤਕਰੀਬਨ ਇਹਨਾਂ ਦੀ ਰੇਟ ਦੀ ਗੱਲ ਕੀਤੀ ਜਾਵੇ ਤਾਂ ਐਮਿਸਟਾ ਟੋਪ ਦਾ ਤਕਰੀਬਨ 3400 ਰੇਟ ਲੱਗਾ ਅਤੇ ਐਂਪਲੀਗੋ ਦਾ ਤਕਰੀਬਨ 6600 ਰੁਪਈਆ ਰੇਟ ਹੈ। ਤਕਰੀਬਨ 80 ਗ੍ਰਾਮ ਡੋਜ਼ ਪੈਂਦੀ ਹੈ ਐਂਪਲੀਗੋ ਦੀ, 12 ਕਿੱਲਿਆਂ ਵਿੱਚ ਅਸੀਂ ਪਾ ਰਹੇ ਹਾਂ ਅਤੇ ਐਮਿਸਟਾ ਟੋਪ 200 ਗ੍ਰਾਮ ਖੇਤ, ਯਾਨੀ ਕਿ 50 ਖੇਤਾਂ ਵਿੱਚ 1 ਲੀਟਰ ਦਵਾਈ ਪਾ ਰਹੇ ਹਾਂ। ਮਹਿੰਗੀ ਦਵਾ ਹੋਣ ਕਰਕੇ ਹਮੇਸ਼ਾ ਹੀ ਘੋਲ ਰਹਿ ਕੇ ਸਪਰੇ ਕੀਤੀ ਜਾਣੀ ਚਾਹੀਦੀ ਹੈ ਅਤੇ ਘੋਲ ਬਾਲਟੀਆਂ ਵਿੱਚ ਅਲੱਗ ਅਲੱਗ ਘੋਲਣਾ ਚਾਹੀਦਾ ਹੈ ਅਤੇ ਪਾਉਣ ਤੋਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਹਿਲਾ ਲੈਣਾ ਚਾਹੀਦਾ ਹੈ। ਐਂਪਲੀਗੋ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਤਕਰੀਬਨ ਕੋਰਾਜੈਨ ਵਾਲਾ ਸੋਲਟ ਹੀ ਹੁੰਦਾ ਹੈ, ਕਲੋਰੋਥਿਨੋਫਿਲ 9.3% ਪਲੱਸ ਜੈੱਡ ਸੀ, ਪਰ ਕੋਰਾਜੈਨ ਦੇ ਵਿੱਚ 18% ਹੁੰਦਾ ਹੈ, ਪਲੱਸ ਇਹਦੇ ਵਿੱਚ ਲੈਮਡਾ ਆ 4.6%, ਜਾਣੀ ਕਿ ਲੈਮਡਾ ਅਤੇ ਉਹ ਦੋਨਾਂ ਚੀਜ਼ਾਂ ਦਾ ਮਿਸ਼ਰਨ ਆ। ਤਕਰੀਬਨ ਕੋਰਾਜੈਨ ਵਰਗੀ ਹੀ ਦਵਾ ਹੈ ਅਤੇ ਇਹ ਟਿੱਡਾ ਟੋਡਾ ਵਗੈਰਾ ਵੀ ਖੇਤ ਵਿੱਚ ਹੋਵੇ ਤਾਂ ਮਾਰਦੀ ਹੈ ਅਤੇ ਐਮਿਸਟਾਰ ਬਾਰੇ ਤਾਂ ਦੱਸਣ ਦੀ ਲੋੜ ਹੀ ਨਹੀਂ, ਤਕਰੀਬਨ ਸਭ ਨੂੰ ਹੀ ਪਤਾ ਹੈ। ਨੰਬਰ ਪਹਿਲੇ ਨੰਬਰਾਂ ਵਿੱਚ ਆਉਂਦੀ, ਆਪਾਂ ਇੱਕ ਨੰਬਰ ਨਹੀਂ ਕਹਿ ਸਕਦੇ, ਤਕਰੀਬਨ ਟੋਪ ਦੇ ਬਰੈਂਡਾਂ ਵਿੱਚ ਯਾਨੀ ਕਿ ਐਮਿਸਟਾਰ ਟੋਪ ਹੀ ਆਉਂਦੀ ਹੈ। 50 ਖੇਤਾਂ ਨੂੰ ਕਰ ਰਹੇ ਹਾਂ, 110 ਝੋਨੇ ਦੇ ਬੀਜ ਨੂੰ। ਹਲਕੀ ਜਿਹੀ ਸੀਟ ਫਲੈਟ ਦੀ ਪ੍ਰੋਬਲਮ ਦਿਸਣੀ ਸ਼ੁਰੂ ਹੋ ਗਈ, ਕਿਉਂਕਿ ਆਪਾਂ ਪਹਿਲਾਂ ਹੀ ਵਧੀਆ ਦਵਾਈ ਪਾ ਲਓ ਤਾਂ ਜੋ ਰੁਕ ਜਾਵੇ, ਦੂਸਰੀ ਵੇਰ ਸਪਰੇਅ ਕਰਨ ਦੀ ਲੋੜ ਨਾ ਪਵੇ। ਅਤੇ ਰੇਟ ਵੀ ਤਕਰੀਬਨ ਤੁਹਾਨੂੰ ਦੱਸੇ ਦਿੱਤਾ ਹੈ, ਬਾਕੀ ਤੁਸੀਂ ਵੀ ਦੱਸਿਓ ਕਿਹੜੀ ਸਪਰੇਅ ਅਤੇ ਕਿਹੜੀ ਕਰਨ ਦੀ ਤੁਹਾਡੀ ਖੁਆਇਸ਼ ਹੈ।